ਮਾਰਕੀਟ ਤਾਂ ਬਚ ਗਈ ਸਾਰੀ, ਸਾਡਾ ਅੱਡਾ ਅਤੇ ਬਾਜ਼ਾਰ ਬਚ ਗਿਆ, ਲੇਕਿਨ ਇਹ ਜਿਹੜੀ ਯੂਪੀ ਦੇ ਭਾਈਆਂ ਦੀ ਬਸਤੀ ਸੀ ਅਤੇ ਕੁਛ ਦੁਕਾਨਾਂ ਸਾਡੇ 8-10 ਦੁਕਾਨਾਂ ਪੰਜਾਬੀ ਭਾਈਆਂ ਦੀਆਂ ਵੀ ਸੜ ਗਈਆਂ, ਬਹੁਤ ਨੁਕਸਾਨ ਹੋ ਗਿਆ। ਇਹਨਾਂ ਝੁੱਗੀਆਂ ਵਾਲੇ ਦਾ ਰੁਪਈਆ ਘੱਟੋ ਘੱਟ 10-10 15-15 ਹਜ਼ਾਰ, 5-5 ਹਜ਼ਾਰ ਰੁਪਏ ਬਹੁਤ ਵੀਰਾਂ ਦਾ ਸੜ ਗਿਆ ਅਤੇ ਬੱਚਿਆਂ ਦਾ ਬਚਾਅ ਹੋ ਗਿਆ। ਅਸੀਂ ਹਮੇ ਤਾਂ ਕੰਮ ਕਰ ਰਹੇ ਸੀ ਸਰ, ਹਮੇ ਤਾਂ ਆਗ ਲਗਾ ਦੀ, ਪਤਾ ਨਹੀਂ ਕਿਸੇ ਕੈਸੇ ਲੱਗੀ, ਹਮੇ ਤਾਂ ਪਤਾ ਨਹੀਂ, ਹਮ ਤਾਂ ਬਾਹਰ ਕੰਮ ਕਰ ਰਹੇ ਸੀ, ਹਮਾਰਾ ਸਾਰਾ ਕੁਛ ਸਾਮਾਨ ਜਲ ਗਿਆ, ਕੁਛ ਕੱਪੜੇ ਦਿੱਤੇ, ਸਭ ਰਾਸ਼ਨ ਪਾਣੀ ਸਭ ਕੁਛ ਵੀ ਨਹੀਂ ਬਚਾ ਹਮਾਰਾ ਤਾਂ ਕੁਛ ਵੀ, ਸਭ ਛੋਟੇ ਛੋਟੇ ਬੱਚੇ ਅਸੀਂ ਭੁੱਖੇ ਪਿਆਸੇ, ਸਭ ਬੱਚੇ ਬਚ ਗਏ ਨੇ, ਬੱਚੇ ਵੀ ਬੜੀ ਮਿਹਨਤ ਸੇ ਬਚਾ ਗਏ। 1200-1250 ਆਦਮੀ ਨੇ ਅਤੇ ਅਸੀਂ ਸਾਰਿਆਂ ਨੂੰ ਇੱਥੇ ਲੰਗਰ ਹਾਲ ਦੇ ਵਿੱਚ ਇਕੱਠੇ ਕਰ ਰਹੇ ਹਾਂ। ਇਹਨਾਂ ਨੂੰ ਅਸੀਂ ਅਗਲੇ ਉਹਦੇ ਤੱਕ, ਜਦ ਤੱਕ ਕੋਈ ਅਰੇਂਜਮੈਂਟ ਨਹੀਂ ਹੁੰਦਾ, ਇਹਨਾਂ ਨੂੰ ਫ੍ਰੀ ਖਾਣਾ ਵਗੈਰਾ ਸਾਰਾ ਅਸੀਂ ਮੁਹੱਈਆ ਕਰਾਵਾਂਗੇ ਅਤੇ ਇਹਨਾਂ ਦੇ ਰਹਿਣ ਦਾ ਵੀ ਇੰਤਜ਼ਾਮ ਕਰ ਰਹੇ ਹਾਂ ਅਸੀਂ, ਜਿਹੜੇ ਪਿਛਲੇ ਪਾਸੇ ਟੈਂਟ ਲਾ ਕੇ ਸਾਡੇ ਲੰਗਰ ਹਾਲ 'ਚ ਵੀ ਕਾਫੀ ਜਗ੍ਹਾ ਹੈ, ਪਰ ਇਸ ਤੋਂ ਇਲਾਵਾ ਹੋਰ ਵੀ ਅਰੇਂਜਮੈਂਟ ਕਰ ਰਹੇ ਹਾਂ, ਜਿਹੜੇ ਇਹਨਾਂ ਨੂੰ ਨੌਟ ਟੂ ਦਾ ਵੀ ਅੰਦਰ ਸਾਡੇ ਕੋਲ ਇੰਤਜ਼ਾਮ ਹੈਗੇ ਨੇ। ਜਦ ਤੱਕ ਕੋਈ ਹੋਰ ਅਰੇਂਜਮੈਂਟ ਨਹੀਂ ਹੁੰਦਾ ਸਾਡੇ ਕੋਲ, ਰਾਸ਼ਨ ਵਗੈਰਾ ਵੀ ਹੈਗੇ, ਅਸੀਂ ਇਹਨਾਂ ਨੂੰ ਸਾਰਾ ਕੁਛ ਪ੍ਰੋਵਾਈਡ ਕਰਾਂਗੇ।